सारे ने जी हाथ जोड़ के क्यों हाथ जोड़ के प्यार भरी सत श्री अकाल अंकल इन लोग सत श्री अकाल बहुत डॉक्यूमेंट भर ले आपां डॉक्यूमेंट भर ले आपां डॉक्यूमेंट कुछ एहजियां चीजां ने जिहड़ियां मैनूं बड़ा पता नहीं लगियां एक दो ਜਿਵੇਂ ਐਪਲੀਕੈਂਟ ਸਿਗਨੇਚਰ ਨੇ ਮੈਨੂੰ ਲੱਗਦਾ ਇਹਦੇ ਫਿੰਗਰ ਪ੍ਰਿੰਟ ਲੈਣਗੇ ਪਰ ਇਹਦੇ ਕੋਈ ਫਿੰਗਰ ਪ੍ਰਿੰਟ ਵਾਲੇ ਪੱਕੇ ਤਾਂ ਹੁੰਦੇ ਨੀ ਜਵਾਕਾਂ ਦੇ ਤੇਰਾ ਹੀ ਵੀਜ਼ਾ ਲਵਾਉਣਾ ਹੈ ਭਾਈ ਸਾਡੇ ਤਾਂ ਬਿਠਾ ਲਓ ਚੱਲ ਗੋਦੀ ਇਹਦਾ ਜਦੋਂ ਮਰਜ਼ੀ ਜਾ ਬੜੀ ਤੇ ਤੁਹਾਡੀ ਗੋਦੀ ਜਾਣਾ ਮੇਰੀ ਗੋਦੀ ਤੇ ਅਸੀਂ ਉਰੇ BLS ਆਫਿਸ ਆਏ ਸੀਗੇ ਤੇ ਸਾਡੀ ਅਪਾਇੰਟਮੈਂਟ ਸੀਗੀ 1:20 ਦੀ ਉਹ ਟਾਈਮ ਹੋ ਗਿਆ ਪਰ ਹਲੇ ਇਹਨਾਂ ਦੀ 12:40 ਚੱਲਦੀ ਹੈ ਮੈਂ ਅੰਦਰ ਪੁੱਛ ਕੇ ਆਇਆ ਕਹਿੰਦੇ ਤੁਹਾਨੂੰ ਹਲੇ ਅੱਧਾ ਘੰਟਾ ਗੱਡੀ 'ਚ ਆਪਣੀ 'ਚ ਵੇਟ ਕਰੋ पर फिर भी लाइन च खड़ना पै रहा क्योंकि अपॉइंटमेंट ते किसी किसी ते वध टाइम लग जांदा ओबवियसली ना जिवें मैं भी अपनी वाली ते भी जांदे पर मैं बहुत उत्थे दो तीन जणे नूं मोड़ी भी जांदे शन ਕਿਸੇ ਦਾ ਕਹਿੰਦੇ ਤੁਹਾਡੇ ਕੋਲ ਆਹ ਡਾਕੂਮੈਂਟ ਨਹੀਂ ਹੈਗਾ ਨਹੀਂ BLS ਵਾਲੇ ਤਾਂ ਇੱਕ ਕਿਸੇ ਅੰਕਲ ਜੀ ਨੇ ਵੀ ਵੀਡੀਓ ਪਾਈ ਹੋਈ ਸੀ ਟਿਕਟੋਕ ਤੇ ਉਹ ਵੀ ਕਹਿੰਦੇ ਸੀ ਵੀ ਛੋਟੀ ਛੋਟੀ ਗੱਲ ਤੇ ਮੋੜ ਦਿੰਦੇ ਨੇ ਤੇ ਸਾਨੂੰ ਲਾਈਨਾਂ ਦੇ ਵਿੱਚ ਇੰਨਾ ਜ਼ਿਆਦਾ ਵੇਟ ਕਰਨਾ ਪੈਂਦਾ ਇੰਨੇ ਇੰਨੇ ਐਵੇਂ ਨਾ ਕਹੋ ਕਿਤੇ ਆਪਣੀ ਵੀਡੀਓ ਪਹੁੰਚੀ ਉਹਨਾਂ ਨੇ ਆਪਾਂ ਨੂੰ ਕਹਿ ਗਏ ਨਾ ਵੀ ਬਹੁਤ ਵਧੀਆ ਸਰਵਿਸ ਆ ਤੁਹਾਡੀ ਮਿੱਤਰੋ ਗੋਡ ਬਲੈਸ ਯੂ ਅੰਕਲ ਵੀ ਤਾੜੀਆਂ ਲਾ ਰਿਹਾ ਨਹੀਂ ਨਹੀਂ ਸਰਵਿਸ ਲਈ ਨਹੀਂ ਕਹਿ ਰਹੀ ਮੈਂ ਤਾਂ ਨਹੀਂ ਆਏ ਤਾਂ ਇਹ ਤਾਂ ਕਹਿ ਰਹੇ ਸੀ ਵੀ ਸਾਨੂੰ ਲਾਈਨਾਂ 'ਚ ਬਹੁਤ ਇਹ ਚੀਜ਼ ਤਾਂ ਮੈਂ ਵੀ ਸੁਣੀ ਆ ਇੰਨੀ ਠੰਡ ਦੇ ਵਿੱਚ ਤੇ ਉਹ ਤਾਂ ਆਪਾਂ ਨੂੰ ਦੇਖ ਹੀ ਰਿਹਾ ਵਾ ਬਾਹਰ ਜੇ ਤੁਹਾਡੇ ਬੇਬੀ ਦੀ ਫੋਟੋ ਨਾ ਹੋਣਾ ਜੇ ਉਹ ਆ ਕੇ ਕਹਿੰਦੇ फोटो खिचा रहे हो कहना ऐ नहीं पता थोनू मोड़ देने कहना फिर तुसी दुबारा फ्री फोटो खिचा जो आर सी सामभ के रख लियो ते बस आपां हुण वेट कर रहे हैं जी उरे अंगद दे सारे डॉक्यूमेंट्स आपां सबमिट करते जिन्ना भी अंदर स्टाफ सीगा बाला ज्यादा फ्रेंडली सीगा सारी सिक्योरिटी गार्ड तो लैके जिने भाई ने फोटो स्टेट की वो भी फ्रेंडली सीगा जिदा असी अपने दोनों PR कार्ड की फोटो स्टेट ही लैके आए थे सो उन्होंने भी उन्होंने चाहिए सी उस तो अलावा सारे डॉक्यूमेंट्स सारा कुछ कहें सही हो सीगा तो मैं उन्होंने कहा मैं क्या चैकलिस्ट के मैं आह नहीं पता लगता वह कहें तो थोड़े वास्ते होंगी सानू नहीं चाहिए हैगी अंगद का फिंगरप्रिंट लगे क्योंकि बच्चा वा वो भी एक जगह थी उन्होंने कहें भी एक जगह नाल ही सर जाता वा ਤੇ ਮੈਂ ਪੁੱਛਿਆ ਸੀ ਕਿਉਂਕਿ ਜਦੋਂ ਮੈਂ ਫਾਈਲ ਫਿਲ ਕਰ ਰਿਹਾ ਸੀਗਾ ਐਂਟਰੀ ਵੀਜ਼ਾ ਹੁੰਦਾ ਬੱਚਿਆਂ ਦਾ ਤਾਂ ਉਹਦੇ ਵਿੱਚ ਆਪਸ਼ਨ ਆਉਂਦਾ ਸੀ ਵੀ ਤੁਸੀਂ 1 ਮਹੀਨੇ ਦਾ ਵੀਜ਼ਾ ਲਵਾਉਣਾ 6 ਮਹੀਨੇ ਦਾ 1 ਸਾਲ ਦਾ ਜਾਂ 5 ਸਾਲ ਦਾ ਮੈਂ ਉਹ ਸਿਲੈਕਟ ਕਰਨਾ ਚਾਹੁੰਦਾ ਸੀ 1 ਸਾਲ ਦਾ ਪਰ ਮੈਂ ਫਿਰ ਜਿੰਨੇ ਨੂੰ ਫੋਨ ਲਾ ਕੇ ਪੁੱਛਿਆ ਸਾਰੇ ਕਹਿੰਦੇ ਨਹੀਂ ਬਾਈ ਸਾਰੇ 6 ਮਹੀਨੇ ਦਾ ਹੀ ਲਵਾਉਂਦੇ ਹੁੰਦੇ ਆ ਫਿਰ ਮੈਂ ਇਹਨਾਂ ਤੋਂ ਪੁੱਛਿਆ ਮੈਂ ਕਿਹਾ ਯਾਰ ਵੀ ਮੈਂ ਜੇ 1 ਸਾਲ ਦਾ ਭਰ ਦਵਾਂ ਵੀ ਮੈਨੂੰ 1 ਸਾਲ ਦਾ ਵੀਜ਼ਾ ਦੇ ਦਿਓ ਅੰਕਲ ਦਾ ਉਹ ਕਹਿੰਦੇ ਨਹੀਂ ਹੁਣ ਤਾਂ 1 ਸਾਲ ਦਾ ਤੇ 5 ਸਾਲ ਦਾ ਵੀਜ਼ਾ ਹੀ ਨਹੀਂ ਦਿੰਦੇ ਅਸੀਂ ਕਹਿੰਦੇ ਸਾਰੇ ਜਿਹੜੇ ਪਹਿਲਾਂ ਲੱਗੇ ਹੋਏ ਸਾਰਿਆਂ ਦੇ ਕੈਨਸਲ ਕਰਤੇ ਕਹਿੰਦਾ ਇਸ ਟਾਈਮ ਅਸੀਂ ਉਹਦਾ ਵੀਜ਼ਾ ਹੀ ਨਹੀਂ ਦਿੰਦੇ ਹੈਗੇ ਪਿੱਛੇ ਜੇ ਨਿਊਜ਼ ਆਈ ਤਾਂ ਹੈਗੀ ਸੀ ਸਾਰਿਆਂ ਦੇ ਵੀਜ਼ੇ ਪਰ ਫਿਰ ਆਪਾਂ ਹੁਣ ਆਪਣਾ 6 ਮਹੀਨੇ ਵਾਲਾ ਅੰਗਦ ਅਪਲਾਈ ਕਰਿਆ $150 ਲੱਗਿਆ ਉਹਦੇ ਵਿੱਚ ਜਿਵੇਂ ਸਕੈਨ ਕਰਾਈਆਂ ਉਹ ਚੀਜ਼ਾਂ ਦੇ ਥੋੜੇ ਜਿਹੇ ਪੈਸੇ ਐਡ ਕਰਤੇ ਹੋਣੇ ਆ ਪਲੱਸ ਜਿਵੇਂ ਅਸੀਂ ਫੋਟੋ ਬਾਹਰੋਂ ਕਰਾਈ ਸੀ UPS ਤੋਂ ਅਸੀਂ 2 ਫੋਟੋਆਂ ਕਰਾਈਆਂ ਸੀ $19 ਦੀਆਂ ਫਿਰ ਉਸਨੇ ਉਹਨੂੰ ਕਿਹਾ ਸੀਗਾ ਵੀ ਸਾਨੂੰ ਤੂੰ ਇਹਨੂੰ ਈਮੇਲ ਵੀ ਕਰ ਦੇ ਉਹਨੇ $19 ਐਕਸਟਰਾ ਲੈ ਪਰ ਉਰੇ ਆ ਕੇ ਕੁਛ ਨਹੀਂ ਕਰਨਾ ਸੀ ਉਰੇ $15 ਦੇ ਵਿੱਚ ਇਨ ਆਫਿਸ ਹੀ ਫੋਟੋ ਖਿੱਚ ਲੈਂਦੇ ਆ $15 ਲੱਗਦੇ ਆ ਕੋਈ ਪੇਜ ਤੁਸੀਂ ਫੋਟੋ ਸਟੇਟ ਕਰਾਉਣਾ ਵਾ ਉਹਦੇ 50 ਸੈਂਟ ਲੱਗਦੇ ਆ ਸੋ ਜਿੰਨਾ BLS ਬਾਰੇ ਸੁਣਿਆ ਸੀਗਾ ਜੀ ਉਸ ਤੋਂ ਬਹੁਤ ਹੀ ਜ਼ਿਆਦਾ ਵਧੀਆ ਸਰਵਿਸ ਆਪਾਂ ਨੂੰ ਮਿਲੀ ਆਪਣਾ ਐਕਸਪੀਰੀਅੰਸ ਬਹੁਤ ਹੀ ਵਧੀਆ ਰਿਹਾ ਬਾਕੀ ਇੰਨਾ ਵਧੀਆ ਸੌਰੀ ਜੀ ਬਾਕੀ ਹਰੇਕ ਦਾ ਅਲੱਗ ਅਲੱਗ ਹੁੰਦਾ ਵਾ ਐਕਸਪੀਰੀਅੰਸ ਤੇ ਬਹੁਤ ਵਧੀਆ ਸੀ ਹੁਣ ਉਰੇ ਆਪਾਂ ਰੀਤੂ ਨੇ ਆਉਣਾ ਉਰੇ ਨਹੀਂ ਉਹ ਸਿੱਧਾ ਗੁਰਦੁਆਰਾ ਸਾਹਿਬ ਹੀ ਆਜੋ ਜੀ ਮੱਥਾ ਟੇਕ ਕੇ ਚੱਲਦੇ ਆ ਅਸੀਂ ਗੁਰਦੁਆਰਾ ਸਾਹਿਬ ਹੀ ਮੱਥਾ ਟੇਕਣ ਆਏ ਸੀਗੇ ਤੇ ਮੈਂ ਹੁਣੇ ਗੱਡੀ ਮੂਹਰੇ ਲੈ ਕੇ ਆਇਆ ਵਾਂ ਤੇ ਪਹਿਲੀ ਹੋਰ ਹੈ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਵੈਕਸੀਨ ਸਰਟੀਫਿਕੇਟ ਡੋਰ ਦੇ ਉੱਤੇ ਸਤ ਮੰਗੇ ਗਏ ਉਹ ਫੁੱਲੀ ਵੈਕਸੀਨੇਟਡ ਹੈ ਉਹ ਆਂਟੀ ਜਿਹੜੇ ਜਾ ਰਹੇ ਨੇ ਉਹ ਕਹਿੰਦੇ ਮੈਂ ਤੁਹਾਡੀ ਬਹੁਤ ਵੀਡੀਓ ਦੇਖਦੇ ਕਹਿੰਦੇ ਮੈਂ ਤੁਹਾਨੂੰ ਲੰਗਰ ਹਾਲ 'ਚ ਵੀ ਦੇਖੀ ਜਾਂਦੀ ਸੀ ਹਾਂ ਸਾਨੂੰ ਇੱਕ ਲੰਗਰ ਹਾਲ 'ਚ 2-3 ਵੀਰੇ ਵੀ ਮਿਲੇ ਸਾਨੂੰ BLS ਆਫਿਸ ਦੇ ਵਿੱਚ ਵੀ ਗੌਰਵ ਮਿਲਿਆ ਸੀਗਾ ਜਿਹੜਾ ਸਕੈਨ ਕਰਦਾ ਸੀ ਹੁਣ ਇੱਕ ਵੀਰਾ ਮਿਲਿਆ ਉਹਨੂੰ ਕਹਿੰਦਾ ਮੈਨੂੰ ਚੱਕ ਅੱਛਾ ਉਹਦੇ ਕੋਲ ਜਾ ਹੀ ਜਾਵੇ ਜਾ ਹੀ ਜਾਵੇ ਚੱਲੀ ਹੁਣ ਆਪਾਂ ਕਿੱਥੇ ਜਾ ਰਹੇ ਹਾਂ ਸੱਚ ਗ੍ਰੋਸਰੀ ਕਰਨੀ ਹੈ ਜੀ ਬਸ ਇੱਧਰ ਮੇਰੀ ਗੱਡੀ ਆ ਜੀ ਇੱਧਰ ਦੇਖੋ ਸਾਲੀ ਸਾਹਿਬ ਬਰਾਬਰੀ ਲਈ ਜਾਂਦੀ ਹੈ ਹਰਦੀ ਨਹੀਂ ਜੀ ਇਹ ਟੱਕਰ ਕਰਾਉਗੀ ਉਹ ਸ਼ਰਨ ਤੇ ਸ਼ਰਨ ਦੀਆਂ ਕਜ਼ਨ ਸ਼ਾਪਿੰਗ ਕਰਨ ਗਈਆਂ ਜੀ ਤੇ ਇੱਧਰ ਉਹਦੀ ਗੱਡੀ ਖੜੀ ਆ ਇੱਧਰ ਆਪਣੀ ਖੜੀ ਆ ਤੇ ਅੰਗਦ ਸੌਂ ਗਿਆ ਸੀਗਾ ਸੋ ਮੈਂ ਕਿਹਾ ਜੀ ਆਪਾਂ ਨੀਂਦ ਕਾਹਨੂੰ ਖਰਾਬ ਕਰਨੀ ਮੈਂ ਗੱਡੀ 'ਚ ਹੀ ਬਹਿ ਗਿਆ ਇਹਦੇ ਨਾਲ ਇਹ ਸੁੱਤਾ ਰਹੂਗਾ ਉਨੀ ਦੇਰ ਕੀ ਹੋ ਇੱਕ ਡਾਲਰ ਤਾਂ ਦੇ ਦਿਓ ਜੀ
ਯਾਰ ਡਾਲਰ ਹੀ ਮੰਗਦੇ ਆ ਕਰੋ ਤੁਸੀਂ 1 ਡਾਲਰ ਦਿਓ ਜੀ ਛੋਟੇ ਛੋਟੇ ਪਿਆਰੇ ਪਿਆਰੇ ਖਰਾੜੇ ਮਾਰਿਆ ਵਾਂਗਦ ਤੇ ਬਾਹਰ ਅੱਜ ਬਹੁਤ ਸੋਹਣੀ ਧੁੱਪ ਨਿਕਲੀ ਹੋਈ ਆ ਮੈਂ ਧੁੱਪਾ ਨਹੀਂ ਕਿਹਾ ਹੈਗਾ ਸਨ ਕਹਿੰਦੇ ਤੁਸੀਂ ਧੁੱਪਾ ਕਹਿ ਦਿੰਦੇ ਹੋ ਨਜ਼ਾਰਾ ਜਿਹਾ ਨਹੀਂ ਆਉਂਦਾ ਬਹੁਤ ਸੋਹਣੀ ਧੁੱਪਾ ਨਿਕਲੀ ਹੋਈ ਹੈ ਬਾਹਰ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਅੰਗਦ ਲੰਗਰ ਹਾਲ ਦੇ ਵਿੱਚ ਵਧੀਆ ਖੇਡੀ ਗਿਆ ਜਿੱਥੇ ਮਹਾਰਾਜ ਦੀ ਸਵਾਰੀ ਪਈ ਹੁੰਦੀ ਆ ਦਰਬਾਰ ਹਾਲ ਉੱਥੇ ਵੀ ਪੂਰਾ ਐਨ ਵਧੀਆ ਆਪਣਾ ਤੁਰੀ ਫਿਰੀ ਗਿਆ ਹਰੇਕ ਨੂੰ ਹੱਥ ਜੋੜ ਦਿੰਦਾ ਸੀ ਮੱਥਾ ਟੇਕਣ ਆ ਗਿਆ ਇਹਨੂੰ ਅਤੇ ਲੰਗਰ ਵੀ ਇਹਨੇ ਬਹੁਤ ਵਧੀਆ ਬਹਿ ਕੇ ਖਾਧਾ ਜਮਾਂ ਤੰਗ ਨਹੀਂ ਕੀਤਾ ਹੈਗਾ ਸਾਨੂੰ ਬੜਾ ਚਲੋ ਮਾੜਾ ਮੋਟਾ ਤਾਂ ਕਰਦੇ ਹੁੰਦੇ ਆ ਜਵਾਕ ਪਰ ਜਵਾਕ ਨਾਲ ਦੇਖ ਲਓ ਹੁਣ ਮੈਂ ਇਹਦਾ ਹੁਣ ਸੌਣ ਦਾ ਟਾਈਮ ਸੀਗਾ ਅਤੇ ਹੁਣੇ ਸੌਂ ਗਿਆ ਆਪਣਾ ਉੱਧਰ ਗਰੋਸਰੀ ਕਰ ਰਹੀਆਂ ਨੇ ਅਤੇ ਮੈਂ ਉਰੇ ਬਸ ਬੈਠਾ ਹੁਣ ਅਸੀਂ ਬੈਠੇ ਰਹਿਣਾ ਮੈਂ ਅੰਕਲ ਨੂੰ ਐਨ ਕੰਬਲ ਨਾਲ ਕਵਰ ਅਪ ਕਰ ਲਿਆ ਵੀ ਨਿੱਘ ਜਿਹਾ ਬਣ ਜੇ ਆਰਾਮ ਨਾਲ ਸੌਂ ਜਾਵੇ ਮੈਂ ਸ਼ਿਓਰ ਨਹੀਂ ਮੈਂ ਤੁਹਾਨੂੰ ਦੱਸਦਾ ਹੈ ਕਿ ਨਹੀਂ ਪਰ ਐਜ਼ ਆ ਇਨਫੋਰਮੇਸ਼ਨ ਮੈਂ ਤੁਹਾਨੂੰ ਦੱਸ ਦਿੰਦਾ ਵੀ BLS ਆਫਿਸ ਵਾਲੇ ਕਹਿੰਦੇ ਵੀ ਉਹ ਅੰਗਦ ਦਾ ਪਾਸਪੋਰਟ ਰੱਖ ਲੈਣ ਵੀਜ਼ੇ ਵਾਸਤੇ ਚਾਹੀਦਾ ਹੁੰਦਾ ਤਾਂ ਉਹ ਕਹਿੰਦੇ ਵੀ ਇਹਦਾ ਪਾਸਪੋਰਟ ਹੁਣ ਤੁਹਾਨੂੰ ਵੀਜ਼ਾ ਵੂਜ਼ਾ ਲੱਗ ਕੇ ਮਿਲ ਜੂਗਾ 7 ਦਿਨਾਂ ਦੇ ਵਿੱਚ ਵੱਧੋ ਵੱਧ 10 ਦਿਨ ਸੋ ਇੰਨਾ ਕੁ ਟਾਈਮ ਲੱਗਦਾ ਉਹਨੂੰ 7 ਦਿਨਾਂ ਤੋਂ ਘੱਟ ਦਿਨਾਂ 3-4 ਦਿਨਾਂ ਦੇ ਵਿੱਚ ਵੀ ਆ ਸਕਦਾ ਵਾ ਪਰ ਜਿਹੜੇ ਬਾਈ ਬੱਸਾਂ ਦੇ ਵਿੱਚ BLS ਆਫਿਸ ਦੇ ਵਿੱਚ ਆਉਣਗੇ ਕਿਉਂਕਿ ਉਹਨਾਂ ਨੂੰ ਬਾਹਰ ਖੜਨਾ ਪੈਣਾ ਵਾ ਆਪਣੀਆਂ ਟੋਪੀਆਂ ਗਲਵਸ ਇੱਕ ਹੁੱਡੀ ਪਾ ਕੇ ਉਹਦੇ ਉੱਤੇ ਜੈਕਟ ਪਾ ਕੇ ਆਇਆ ਕਿਉਂਕਿ ਠੰਡ ਬਹੁਤ ਹੀ ਜ਼ਿਆਦਾ ਸੀ ਜਿਹੜੇ ਉੱਥੇ 1-2 ਬਜ਼ੁਰਗ ਖੜੇ ਵੀ ਸੀ ਵੀਜ਼ਾ ਵਾਸਤੇ ਉਹਨਾਂ ਨੂੰ ਇੰਨੀ ਜ਼ਿਆਦਾ ਠੰਡ ਲੱਗ ਰਹੀ ਸੀ ਮੈਂ ਤਾਂ ਆਪਣੀ ਗੱਡੀ ਦੇ ਵਿੱਚ ਬਹਿ ਗਿਆ ਸੀ ਗੱਡੀ ਮੈਂ ਨੇੜੇ ਲਾਤੀ ਸੀਗੀ ਅਤੇ ਪਲੱਸ ਚਾਹੇ ਤੁਸੀਂ ਆਪਣਾ ਟਾਈਮ 'ਤੇ ਆਓ ਜੇ ਤੁਹਾਡੀ 1:30 ਵਜੇ ਦੀ ਅਪੁਆਇੰਟਮੈਂਟ ਆ ਇਹਦਾ ਮਤਲਬ ਆ ਵੀ ਘੰਟਾ ਤੁਹਾਨੂੰ ਲੇਟ ਅੰਦਰ ਜਾਣ ਨੂੰ ਮੌਕਾ ਮਿਲੂਗਾ ਕਿਉਂਕਿ ਪੁਰਾਣੀ ਅਪੁਆਇੰਟਮੈਂਟਸ ਨੂੰ ਜ਼ਿਆਦਾ ਟਾਈਮ ਲੱਗ ਜਾਂਦਾ ਵਾ ਓਬਵੀਅਸਲੀ ਨਾ ਇਹ ਤਾਂ ਹੁੰਦਾ ਰਹਿੰਦਾ ਵਾ ਸੋ ਮੈਂ ਕਿਹਾ ਤੁਹਾਨੂੰ ਦੱਸ ਦਈਏ ਸੋ ਆਪਣਾ ਐਨ ਕੱਪੜੇ ਕੁੱਪੜੇ ਵਧੀਆ ਤਰੀਕੇ ਨਾਲ ਪਾ ਕੇ ਆਇਓ ਜਾਂ ਆਪਣੀ ਗੱਡੀ ਨੇੜੇ ਪਾਰਕ ਕਰ ਲਿਓ ਆ ਕੇ ਹੈਲੋ ਆਊਟ ਦੀ ਸਾਰੀ ਦੇਖੋ ਇਹਨੇ ਸਟੀਅਰਿੰਗ ਵੀਲ ਫੜ ਲਿਆ ਹੈਲੋ ਐਕਸਕਿਊਜ਼ ਮੀ ਨਾ ਤੂੰ ਪੁੱਛਿਆ ਮੰਮੀ ਕਿੱਥੇ ਆ ਹੈ ਦੱਸ ਅੰਗਦ ਕਹਿੰਦੀ ਹੱਸਦੇ ਲੱਗਦੇ ਕਿਊਟ ਬੜੇ ਜਦ ਡਿੰਪਲ ਪੈਂਦੇ ਗੱਲਾਂ ਵਿੱਚ ਉਹ ਬਾਈ ਦੀ ਇੱਕ ਮੂਹਰੇ ਗੱਡੀ ਖੜੀ ਆ ਆਈ ਥਿੰਕ ਆਹੀ ਆ ਆਹੀ ਆ ਅਤੇ ਬਾਈ ਹੱਥ ਖੜਾ ਕਰਕੇ ਗਿਆ ਸੀਗਾ ਹੈਲੋ ਵੀਰੇ ਬਾਈ ਨੂੰ ਪਤਾ ਵੀ ਨਹੀਂ ਲੱਗਿਆ ਹੋਣਾ ਵੀ ਮੇਰੇ ਕੋਲ ਲੰਗਰ ਸੁੱਤਾ ਪਿਆ ਸੀ ਨਹੀਂ ਤਾਂ ਮੈਂ ਬਾਈ ਨੂੰ ਬਾਹਰ ਨਿਕਲ ਕੇ ਹੈਲੋ ਕਹਿ ਦਿੰਦਾ ਹਾਂਜੀ ਇਹ ਛੋਟਾ ਬੱਚਾ ਵੀ ਸਨੈਕ ਖਾ ਰਿਹਾ ਹੈ ਡੈਡੀ ਨੇ ਇਸੇ ਸਨੈਕ ਨਿਕਾਲ ਕੇ ਦਿਆ ਔਰ ਜੇ ਪਿਛਲੀ ਸੀਟ 'ਤੇ ਟ੍ਰਾਂਸਫਰ ਕਰ ਦਿਆ ਹੈ ਕਿਉਂਕਿ ਸਾਹਮਣੇ ਵਾਲੀ ਸੀਟ 'ਤੇ ਜੇ ਆਗੇ ਵਾਲੀ ਸੀਟ 'ਤੇ ਜੇ ਬਹੁਤ ਹੀ ਸ਼ੋਰ ਮਚਾ ਰਿਹਾ ਤਾ ਯੇ ਚੋਰ 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 ਮਚਾ ਇਹਨੂੰ ਪਤਾ ਇਹਦੇ ਨਾਲ ਰੋਜ਼ ਕਰਾਟੇ ਹੁੰਦੇ ਨੇ ਇਹਨੂੰ ਪਤਾ ਕਿ ਠਾ 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 ਆਏ ਮਿਲੀਏ ਜੀ ਏ ਲਓ ਜੀ ਬਾਈ ਨਾਲ ਵੀ ਮੁਲਾਕਾਤ ਹੋਈ ਗਈ ਆ ਵੀਰਾ ਪਹਿਲਾਂ ਨਿਕਲਿਆ ਸੀਗਾ ਹੈ ਅੰਗਦ ਉਦੋਂ ਤੂੰ ਸੁੱਤਾ ਪਿਆ ਸੀਗਾ ਹੁਣ ਤੂੰ ਉੱਠ ਖੜੇ ਆ ਮੈਂ ਲੱਗਾ ਤੇਰੀ ਨੀਂਦ ਪੂਰੀ ਨਹੀਂ ਹੋਈ ਹੈ ਨਾ ਕੀ ਦੇਖਣਾ ਚਾਹੁੰਦਾ ਤੂੰ ਖੜਾ ਹੋ ਕੇ ਓਏ 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 ਟਿੱਕੇ ਬੈਠਿਆ ਹੁੰਦਾ ਇੱਥੋਂ ਹੈ ਮਾਸੂਮੀਅਤ ਡੈਡਾ ਜੀ ਆ ਇੱਥੇ ਰੱਖ ਮੈਂ ਤੇ ਅੰਗਦ ਗਾਣੇ ਗਾ ਰਿਹਾ ਤੇ ਨੱਚ ਰਿਹਾ ਉਰੇ ਬੈਠਿਆ ਨਾ ਅੰਗਦ ਮੈਨੂੰ ਬ੍ਰਹਮਟਨ ਲੱਗਦਾ ਪੰਜਾਬ ਵਰਗਾ ਹਾਂਜੀ ਹਾਂਜੀ ਕਿੰਨਾ ਪਿਆਰਾ ਲੱਗ ਰਿਹਾ ਅੰਗਦ ਤੂੰ ਮੈਂ ਤੈਨੂੰ ਦੱਸ ਨਹੀਂ ਸਕਦਾ ਮੈਂ ਤੇਰੇ ਜਿੰਨੀ ਸੋਹਣੀ ਕੋਈ ਚੀਜ਼ ਦੇਖੀ ਨਹੀਂ ਅੱਜ ਤੱਕ ਯਾਰ ਉਹ ਗੁੱਗੀ ਬੋਏ ਦੇਖੀ ਕਾਟ ਮੰਗੂ ਤੂੰ ਖਾਨਾ ਟੈਡੀ ਤੇਰੇ ਬਣਿਆ ਹੋਇਆ ਇੱਕ ਟੈਡੀ ਆਸ਼ੀ ਇੱਕ ਟੈਡੀ ਆਸ਼ੀ ਹੈ ਉਹ ਆ ਗਈ ਸਾਡੀ ਗਰੋਸਰੀ ਉਹ ਆ ਗਈ ਸਾਡੀ ਗਰੋਸਰੀ ਸ਼ਰਨ ਭੱਜੀ ਆਉਂਦੀ ਸੀ ਉਧਰੋਂ ਤਾਂ ਠੰਡ ਬਹੁਤ ਆ ਕਾਟ ਭੁੱਲ ਗਈ ਸੀ ਮੇਰੇ ਹੱਥ ਸੈਨੇਟਾਈਜ਼ ਕਰਾ ਦੋ ਠੰਡ ਕਿੰਨੀ ਕਾ ਇੱਕ ਅੰਕਲ ਆਂਟੀ ਸੀ ਵਿਚਾਰੇ ਬਜ਼ੁਰਗ ਮੈਂ ਤਾਂ ਲੈ ਨਹੀਂ ਰਹੇ ਸੀ ਉਹਨਾਂ ਕੋਲ $2 ਸੀਗੇ ਮੈਂ ਧੱਕੇ ਨਾਲ ਉਹਨਾਂ ਦੇ ਹੱਥ 'ਚ ਫੜਾ ਕੇ ਆਈ ਆ $1 ਵੀ ਕੋਈ ਨਾ ਉਹ ਫਿਰ ਕਹਿੰਦੇ ਅਸੀਂ ਨਹੀਂ ਅਸੀਂ ਲੈਂਦੇ ਨਹੀਂ ਹੈਗੇ ਸਾਨੂੰ ਕੋਈ ਚੇਂਜ ਹੁਣ ਆਪਾਂ ਫਿਰ ਕਿਵੇਂ ਲੈ ਕੇ ਆਏ ਆਪਣੇ ਕੋਲ ਤਾਂ ਉਹੀ ਡਾਲਰ ਸੀਗਾ ਹੱਦ ਹੋ ਗਈ ਜੀ ਤੁਸੀਂ ਹੋਰ ਨਹੀਂ ਲੈ ਆਪਾਂ ਹੋਰ ਕਢਾ ਲਓ ਦਾਨਵੀਰ ਸ਼ਰਮ ਦਾਨਵੀਰ ਨਹੀਂ ਜੀ ਉਹ ਵਿਚਾਰੇ ਹੱਥ 'ਚ ਨਾ ਨਾ ਵਧੀਆ ਮੈਂ ਤਾਂ ਉਹ ਕਹਿੰਦਾ ਮੈਂ ਤੇ ਆਪਾਂ ਨੂੰ ਧੱਕੇ ਨਾਲ ਹੱਥ ਜਾਂਟੀ ਜਗ੍ਹਾ ਫੜਾ ਵਖਾ ਜੀ ਇਹਨਾਂ ਨਾਲ ਹੀ ਉਹਦੀ ਧੱਕੇ ਨਾਲ ਫੜਾਉਂਦਾ ਪਹੁੰਚ ਗਏ ਜੀ ਆਪਾਂ ਘਰੇ ਸਨੋਅ ਦੇਖੋ ਕਿੰਨੀ ਜ਼ਿਆਦਾ ਸਨੋਅ ਹੋਈ ਪਈ ਅੱਜ ਮੈਂ ਸਵੇਰੇ ਹਟਾਈ ਮੈਨੂੰ 1.5 ਘੰਟਾ ਲੱਗ ਗਿਆ ਹੁਣ ਓ ਵਾਹਿਗੁਰੂ ਜੀ ਠੰਡ ਬਹੁਤ ਆ ਬਾਹਰ ਗੁੱਡ ਬੋਏ ਬਣ ਕੇ ਰਿਹਾ ਵੀ ਅੱਜ ਅੰਗਦ ਸਾਰਾ ਦਿਨ ਗੁੱਡ ਬੋਏ ਆ ਇਹ ਗੁੱਡ ਨਹੀਂ ਕਿੰਨੇ ਟੈਡੀ
ਟੈਡੀ ਵੀਰ ਕਿੰਨੇ ਪਏ ਨੇ ਨੀ ਟੈਡੀ ਗਰੋਸਰੀ ਆ ਗਈ ਆਪਣੀ ਤੇ ਸਭ ਤੋਂ ਪਹਿਲਾਂ ਆਪਾਂ ਖੋਲਾਂਗੇ ਟੈਂਟਨ ਗਾਚਕ।